सो सत श्री अकाल जी सारा नु गाइस वेलकम बैक टू सार्कास्टिक ड्यूज़ ते गाइस मैं थोड़ा अपना योगेश ते उम्मीद करता कि सारे जने वधिया होंगे ते यह वीडियो गाइस खास उन्होंने रहेगी जेडे कि नवे आए ने ते या इंटरनेशनल स्टूडेंट्स ने तो गाइस अज असी गल करा कि सिक्योरिटी का लाइसेंस किवें बनाया जाता है स्पेसिफिकली मैं ओंटारियो की गल करूँगा अच्छ तो थोड़ी ਲਈ ਈਜ਼ੀ ਕਰਨ ਦੇ ਲਈ ਮੈਂ ਵੀਡੀਓ ਨੂੰ ਚਾਰ ਡਿਫਰੈਂਟ ਪਾਰਟਸ ਦੇ ਵਿੱਚ ਡਿਵਾਈਡ ਕਰ ਰਿਹਾ ਪਹਿਲੇ ਪਾਰਟਸ ਅਸੀਂ ਗੱਲ ਕਰਾਂਗੇ ਕਿ ਕੀ ਪ੍ਰੋਸੈਸ ਹੁੰਦੀ ਹੈ ਸਿਕਿਉਰਿਟੀ ਲਾਇਸੈਂਸ ਬਣਵਾਉਣ ਦੀ ਕੋਸਟ ਕੀ ਹੁੰਦੀ ਹੈ ਤੀਜੇ 'ਚ ਅਸੀਂ ਗੱਲ ਕਰਾਂਗੇ ਕਿ ਇਹ ਇੰਟਰਨੈਸ਼ਨਲ ਸਟੂਡੈਂਟ ਲਈ ਵਧੀਆ ਹੈ ਨਹੀਂ ਵਧੀਆ ਹੈਗਾ ਆਉਣ ਵਾਲੇ ਟਾਈਮ ਦੇ ਲਈ PR ਦੇ ਵਿੱਚ ਹੈਲਪ ਕਰਦੀ ਹੈ ਕਿ ਨਹੀਂ ਕਰਦੀ ਜਾਂ ਦੇ ਕੀ ਬੈਨੀਫਿਟਸ ਹੁੰਦੇ ਨੇ ਠੀਕ ਆ ਤੀਜੇ 'ਚ ਆਪਾਂ ਪਾਰਟ ਅਤੇ ਫੋਰਥ ਦੇ ਵਿੱਚ ਮੈਂ ਤੁਹਾਨੂੰ ਇੱਕ ਮੈਸੇਜ ਦੇਵਾਂਗਾ ਜਿਹਦੇ ਵਿੱਚ ਜਿਹੜਾ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਰਹੇਗਾ ਠੀਕ ਹੈ ਜੋਬਸ ਫਾਈਂਡ ਕਰਨ ਦੇ ਲਈ ਜਾਂ ਫਿਰ ਇਨ ਫਿਊਚਰ ਦੇ ਲਈ ਠੀਕ ਹੈ ਤਾਂ ਜ਼ਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਗਾਇਸ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਲੈਟ ਗੈਟ ਸਟਾਰਟ ਸੋ ਆਲਰਾਈਟ ਗਾਇਸ ਤਾਂ ਵੀਡੀਓ ਨੂੰ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਸਭ ਤੋਂ ਪਹਿਲਾ ਪਾਰਟ ਰਹੇਗਾ ਜੀ ਪ੍ਰੋਸੈਸ ਦੇ ਬਾਰੇ ਅਤੇ ਪ੍ਰੋਸੈਸ ਦੇ ਵਿੱਚ ਗਾਇਸ ਕੀ ਹੁੰਦਾ ਤਿੰਨ ਡਿਫਰੈਂਟ ਸਟੈਪਸ ਨੇ ਸਭ ਤੋਂ ਪਹਿਲਾਂ ਗਾਇਸ ਆਪਾਂ ਨੂੰ ਕੀ ਕਰਨਾ ਹੁੰਦਾ ਆ ਕਿ ਆਪਾਂ ਨੂੰ CPR ਅਤੇ ਫਰਸਟ ਏਡ ਇਹ ਦੋ ਜਿਹੜੇ ਮਤਲਬ ਦੋ ਜਿਹੜੀ ਸਰਟੀਫਿਕੇਸ਼ਨਸ ਹੁੰਦੀਆਂ ਨੇ ਇਹ ਲੈਣੀਆਂ ਪੈਂਦੀਆਂ ਨੇ ਤਾਂ ਉਹਦੇ ਲਈ ਕੀ ਕਰਨਾ ਪੈਂਦਾ ਗਾਇਸ ਸਾਨੂੰ ਸਭ ਤੋਂ ਪਹਿਲਾਂ ਤਾਂ ਇੱਕ ਕੰਪਨੀ ਜਿਹੜੀ ਹੈਗੀ ਆ ਓਨਟਾਰੀਓ ਦੇ ਵਿੱਚ ਸਿਕਿਉਰਿਟੀ ਦੀ ਕੋਈ ਕੰਪਨੀ ਜਿਹੜੀ ਸਰਟੀਫਾਈਡ ਹੋਵੇ ਆਪਾਂ ਨੂੰ ਉਹਨਾਂ ਨਾਲ ਗੱਲ ਕਰਨੀ ਪੈਂਦੀ ਹੈ ਕਿ ਆਪਾਂ ਸਿਕਿਉਰਿਟੀ ਦਾ ਲਾਇਸੈਂਸ ਬਣਵਾਉਣਾ ਹੈ ਅਤੇ ਉਹ ਤੁਹਾਡੇ ਲਈ ਕਲਾਸ ਅਰੇਂਜ ਕਰਦੇ ਨੇ ਜਿਹੜੀ ਕਿ 5 ਤੋਂ 6 ਘੰਟੇ ਦੇ ਲਈ ਹੁੰਦੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ CPR ਦੀ ਅਤੇ ਫਰਸਟ ਏਡ ਦੀ ਅਤੇ ਆਫਟਰ ਯੂ ਡਨ ਕਰ ਲੈਂਦੇ ਤੁਹਾਡਾ ਇੱਕ ਛੋਟਾ ਜਿਹਾ ਟੈਸਟ ਲਿਆ ਜਾਂਦਾ ਹੈ ਤਾਂ ਤੁਹਾਨੂੰ ਇੱਕ ਨੰਬਰ ਪ੍ਰੋਵਾਈਡ ਕਰ ਦਿੱਤਾ ਜਾਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਟ੍ਰੇਨਿੰਗ ਕੰਪਲੀਸ਼ਨ ਨੰਬਰ ਠੀਕ ਹੈ ਜੀ ਉਹ ਨੰਬਰ ਜਿਹੜਾ ਹੁੰਦਾ ਨਾ ਜਦੋਂ ਤੁਸੀਂ ਇਹਨੂੰ ਨੰਬਰ ਤੁਹਾਨੂੰ ਮਿਲ ਜਾਂਦਾ ਉਹ ਤੁਹਾਡਾ ਪਹਿਲਾ ਸਟੈਪ ਉੱਥੇ ਡਨ ਹੋ ਜਾਂਦਾ ਅਤੇ ਤੁਹਾਨੂੰ ਇੱਕ ਵੈਬਸਾਈਟ ਦਾ ਲਿੰਕ ਪ੍ਰੋਵਾਈਡ ਕਰ ਦਿੰਦੇ ਨੇ ਜਿਹਦੇ ਵਿੱਚ ਕਿ 40 ਘੰਟੇ ਦੀ ਇੱਕ ਔਨਲਾਈਨ ਕਲਾਸ ਹੁੰਦੀ ਹੈ ਜਿਹੜੀ ਕਿ ਤੁਸੀਂ ਡਨ ਕਰਨੀ ਹੁੰਦੀ ਹੈ ਉਹ ਜਿਹੜੀ ਕਲਾਸ ਹੁੰਦੀ ਹੈ ਉਹ ਤੁਹਾਡੇ ਐਗਜ਼ਾਮ ਦੇ ਵਿੱਚ ਹੈਲਪ ਕਰਦੀ ਹੈ ਸੋ ਸੈਕਿੰਡ ਸਟੈਪ ਆਪਾਂ ਸ਼ੁਰੂ ਕਰਦੇ ਹਾਂ ਜਦੋਂ ਤੁਸੀਂ ਆਪਣਾ CPR ਡਨ ਕਰ ਦਿੰਦੇ ਹੋ ਫਸਟ ਡਨ ਕਰ ਦਿੰਦੇ ਹੋ ਤੁਹਾਨੂੰ ਨੰਬਰ ਮਿਲ ਜਾਂਦਾ ਕੰਪਲੀਸ਼ਨ ਨੰਬਰ ਉਸ ਕੰਪਲੀਸ਼ਨ ਨੰਬਰ ਦੇ ਨਾਲ ਤੁਸੀਂ ਕੀ ਕਰਨਾ ਗਾਇਸ ਇੱਕ ਆਪਣਾ ਐਗਜ਼ਾਮ ਜਿਹੜਾ ਹੈਗਾ ਉਹ ਬੁੱਕ ਕਰਨਾ ਹੁੰਦਾ ਔਨਲਾਈਨ ਅਤੇ ਉਹ ਐਗਜ਼ਾਮ ਦੀ ਜਿਹੜੀ ਵੈਬਸਾਈਟ ਆ ਉਹ ਮੈਂ ਡਿਸਕ੍ਰਿਪਸ਼ਨ 'ਚ ਐਡ ਕਰ ਦੂੰਗਾ ਠੀਕ ਹੈ ਅਤੇ ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਹੈ ਟ੍ਰੇਨਿੰਗ ਨੰਬਰ ਐਡ ਕਰਨਾ ਹੁੰਦਾ ਬਾਕੀ ਆਪਣੀ ਇਨਫੋਰਮੇਸ਼ਨ ਹੁੰਦੀ ਹੈ ਅਤੇ ਵਾਂਸ ਤੁਸੀਂ ਉਹ ਡਨ ਕਰ ਲੈਂਦੇ ਐਗਜ਼ਾਮ ਆਪਣਾ ਦੇ ਦਿੰਦੇ ਹੋ ਐਗਜ਼ਾਮ ਡਨ ਕਰਨ ਤੋਂ ਬਾਅਦ ਤੁਹਾਡੇ 2 ਦਿਨਾਂ ਦੇ ਵਿੱਚ ਤੁਹਾਡਾ ਐਗਜ਼ਾਮ ਦਾ ਰਿਜ਼ਲਟ ਆ ਜਾਂਦਾ ਅਤੇ ਗਾਇਸ ਤੁਹਾਨੂੰ 60% ਨੰਬਰ ਤੋਂ ਉੱਪਰ ਨੰਬਰ ਚਾਹੀਦੇ ਹੁੰਦੇ ਨੇ ਕੁਆਲੀਫਾਈ ਕਰਨ ਲਈ ਵਾਂਸ ਤੁਸੀਂ ਕੁਆਲੀਫਾਈ ਕਰ ਜਾਂਦੇ ਹੋ ਉਸ ਤੋਂ ਬਾਅਦ ਤੁਹਾਨੂੰ ਕੀ ਹੁੰਦਾ ਕਿ ਉਸ ਤੋਂ ਬਾਅਦ ਤੁਹਾਡਾ ਤੀਜਾ ਸਟੈਪ ਸ਼ੁਰੂ ਹੋ ਜਾਂਦਾ ਗਾਇਸ ਤੀਜੇ ਸਟੈਪ ਦੇ ਵਿੱਚ ਤੁਹਾਨੂੰ ਕੀ ਕਰਨਾ ਹੁੰਦਾ ਅਪਲਾਈ ਕਰਨਾ ਹੁੰਦਾ ਆ ਸਿਕਿਉਰਿਟੀ ਲਾਇਸੈਂਸ ਓਨਟਾਰੀਓ ਦੀ ਵੈਬਸਾਈਟ 'ਤੇ ਜਾ ਕੇ ਉਹਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ 'ਚ ਤੁਹਾਨੂੰ ਦੇ ਦੇਵਾਂਗਾ ਠੀਕ ਹੈ ਅਤੇ ਜਿਹੜਾ ਤੁਸੀਂ ਅਪਲਾਈ ਕਰ ਦਿੰਦੇ ਹੋ ਉਹਦੇ ਵਿੱਚ ਤੁਹਾਡੇ ਕੋਲ ਟ੍ਰੇਨਿੰਗ ਦਾ ਨੰਬਰ ਮੰਗਿਆ ਜਾਂਦਾ ਹੈ ਠੀਕ ਹੈ ਜਿਹੜਾ ਤੁਹਾਨੂੰ ਕੰਪਲੀਸ਼ਨ ਨੰਬਰ ਮਿਲਿਆ ਸੀਗਾ ਅਤੇ ਬਾਕੀ ਤੁਹਾਡੀ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਤੁਹਾਡੀ ਇੱਕ ਫੋਟੋ ਮੰਗੀ ਜਾਂਦੀ ਹੈ ਠੀਕ ਹੈ ਅਤੇ ਬਾਕੀ ਇੱਕ ਤੁਸੀਂ ਫੋਰਮ ਗਰੰਟਰ ਫੋਰਮ ਭਰਨਾ ਹੁੰਦਾ ਮੈਂ ਸਾਰੀ ਇੱਕ ਵੀਡੀਓ ਸੈਪਰੇਟ ਛੋਟੀ ਜਿਹੀ ਵੀਡੀਓ 3 ਮਿੰਟਾਂ ਦੀ ਬਣਾ ਦੂੰਗਾ ਟਿਕਟੋਕ 'ਤੇ ਪਾ ਦੂੰਗਾ ਤੁਸੀਂ ਉਹ ਦੇਖ ਸਕਦੇ ਹੋ ਅਤੇ ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ ਠੀਕ ਹੈ ਗਾਇਸ ਤੁਸੀਂ ਜਦੋਂ ਇਹ 3 ਸਟੈਪ ਡਨ ਕਰ ਲੈਂਦੇ ਤਾਂ ਤੁਹਾਡੀ ਸਿਕਿਉਰਿਟੀ ਦਾ ਜਿਹੜਾ ਲਾਇਸੈਂਸ ਹੈਗਾ ਵਿਦਇਨ 15 ਡੇਜ਼ ਤੁਹਾਨੂੰ ਇੱਕ ਡਿਜੀਟਲ ਲਾਇਸੈਂਸ ਮਿਲਦਾ ਤੁਹਾਡੀ ਈਮੇਲ ID ਦੇ ਉੱਤੇ ਜਿਹਦੇ ਨਾਲ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਕੰਮ ਕਰਨ ਦੇ ਲਈ ਐਜ਼ ਅ ਸਿਕਿਉਰਿਟੀ ਗਾਰਡ ਠੀਕ ਹੈ ਮੈਂ ਤੁਹਾਨੂੰ ਛੋਟਾ ਜਿਹਾ ਦੱਸ ਦਿੰਦਾ ਕਿ ਐਗਜ਼ਾਮ ਦੇ ਵਿੱਚ ਕਈ MCQ ਟਾਈਪ ਕੁਐਸਚਨਸ ਹੁੰਦੇ ਨੇ ਜਿਹਦੇ ਵਿੱਚ ਕਿ ਤੁਹਾਨੂੰ 60% ਤੋਂ ਅਪ ਨੰਬਰ ਚਾਹੀਦੇ ਹੁੰਦੇ ਆ ਅਤੇ ਉਹ ਜਿਹੜੇ ਕੁਐਸਚਨਸ ਹੁੰਦੇ ਆ ਉਹਦੀ ਇੱਕ ਜਿਹੜੇ ਉਹਦੇ ਕਿੱਥੋਂ ਆਉਣੇ ਆ ਉਹ ਤੁਹਾਨੂੰ ਜਿਹੜੀ 40 ਆਵਰਸ ਦੀ ਜਿਹੜੀ ਵੀਡੀਓ ਤੁਹਾਨੂੰ ਦੱਸੀਆਂ ਹੋਈਆਂ ਉਹਦੇ ਵਿੱਚੋਂ ਹੀ ਆਉਂਦੇ ਨੇ ਬਾਕੀ ਤੁਹਾਨੂੰ ਇੱਕ PDF ਵੀ ਮੈਂ ਲਿੰਕ ਕਰ ਦੂੰਗਾ ਠੀਕ ਹੈ ਇਹ ਸੀਗਾ ਜੀ ਤੁਹਾਡਾ ਪਹਿਲਾ ਓਕੇ ਗਾਇਸ ਅਤੇ ਜਦੋਂ ਤੁਸੀਂ ਫਸਟ ਸਟੈਪ ਆਪਣਾ ਡਨ ਪਾਰਟ ਡਨ ਕਰ ਲੈਂਦੇ ਹੁਣ ਆਪਾਂ ਗੱਲ ਕਰਦੇ ਕਿ ਕੋਸਟ ਕਿੰਨੀ ਹੁੰਦੀ ਹੈ ਸੋ CPR ਫਸਟ ਏਡ ਦੇ ਲਈ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਵੈਰੀ ਕਰ ਰਿਹਾ ਇਸ ਦਿਨਾਂ ਦੇ ਵਿੱਚ ਕਿਉਂਕਿ ਕੰਪਨੀਜ਼ ਬਹੁਤ ਜ਼ਿਆਦਾ ਹੋ ਚੁੱਕੀਆਂ ਓਨਟਾਰੀਓ ਦੇ ਵਿੱਚ ਅਤੇ ਹਰ ਇੱਕ ਕੰਪਨੀ ਡਿਫਰੈਂਟ ਡਿਫਰੈਂਟ ਪ੍ਰਾਈਸਿਸ ਦੇ ਉੱਤੇ ਤੁਹਾਨੂੰ ਮਤਲਬ ਕਿ ਇਹ ਟ੍ਰੇਨਿੰਗ ਪ੍ਰੋਵਾਈਡ ਕਰ ਰਹੀ ਹੈ ਸੋ ਇਹ ਵੈਰੀ ਕਰੂਗਾ $120 ਤੋਂ $150 ਦੇ ਵਿੱਚ ਠੀਕ ਹੈ ਦੂਜੇ ਨੰਬਰ 'ਤੇ ਤੁਹਾਡੇ ਐਗਜ਼ਾਮ ਦੀ ਗੱਲ ਕਰਦੇ ਐਗਜ਼ਾਮ ਗਾਈਸ ਜਿਹੜਾ ਹੁੰਦਾ ਇਹ ਗੌਰਮੈਂਟ ਦੀ ਫੀਸ ਹੁੰਦੀ ਹੈ ਉਹ $85 ਹੁੰਦੀ ਹੈ ਤਾਂ ਉਹ ਫਿਕਸ ਰਹੇਗੀ ਤੀਜੇ ਨੰਬਰ 'ਤੇ ਗਾਈਸ ਹੁੰਦੀ ਹੈ ਤੁਹਾਡੀ ਫੀਸ ਜਿਹੜੀ ਅਪਲਾਈ ਕਰਨ ਦੀ ਹੁੰਦੀ ਹੈ ਉਹ ਗਾਈਸ ਹੁੰਦੀ ਹੈ $75 ਦੀ ਤਾਂ ਜਿਹੜੀ ਉਹ ਫੀਸ ਵੀ ਹੈਗੀ ਆ ਉਹ ਵੀ ਫਿਕਸ ਰਹੇਗੀ ਸੋ $160 ਜਿਹੜੇ ਹੈਗੇ ਉਹ ਫਿਕਸ ਰਹਿਣਗੇ ਦੋਨਾਂ ਦੇ ਤਾਂ ਬਾਕੀ ਜਿਹੜਾ $150 ਜਾਂ $120 ਉਹ ਵੈਰੀ ਕਰਦੇ ਸੋ ਆਪਾਂ ਮੋਸਟ ਪ੍ਰੋਬਲੀ $150 ਲੈ ਕੇ ਚੱਲਦੇ ਹਾਂ ਤਾਂ $160 ਅਤੇ $150 ਗਾਈਸ $300 ਮਤਲਬ ਕਿ ਇਨ ਅਰਾਊਂਡ $300 ਜਿਹੜਾ ਹੈਗਾ ਤੁਹਾਡਾ ਸਿਕਿਉਰਿਟੀ ਲਾਇਸੈਂਸ ਤੁਹਾਡਾ ਬਣ ਜਾਂਦਾ ਅਤੇ ਇਹਦਾ ਜਿਹੜਾ ਪੀਰੀਅਡ ਹੈਗਾ ਉਹ ਹੈਗਾ 1.5 ਮੰਥ ਅਪਰੋਕਸੀਮੇਟਲੀ 1 to 1.5 months ਠੀਕ ਹੈ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਥਰਡ ਪਾਰਟ ਦੀ ਕਿ ਕੀ ਇਹ ਜਿਹੜੀ ਜੋਬ ਹੈਗੀ ਹੈ ਇਹ ਸਟੂਡੈਂਟਸ ਲਈ ਆ ਐਜ਼ ਇੰਟਰਨੈਸ਼ਨਲ ਸਟੂਡੈਂਟ ਆਪਾਂ ਨਵੇਂ ਆਉਂਦੇ ਹਾਂ ਕਿ ਵਰਥ ਹੈਗੀ ਹੈ ਇਨ ਫਿਊਚਰ ਦੇ ਲਈ ਵੀ ਤਾਂ ਗਾਈਸ ਮੈਂ ਤੁਹਾਨੂੰ ਦੱਸ ਦਿੰਦਾ ਐਜ਼ ਇੰਟਰਨੈਸ਼ਨਲ ਸਟੂਡੈਂਟ ਸਿਕਿਉਰਿਟੀ ਇਜ਼ ਅ ਬੈਸਟ
क्यों? क्योंकि तुहानू कोई भी मैंटल स्ट्रैस नहीं हुंदा इस जॉब दे विच ज़्यादा, ना तुहानू कोई फिजिकली वर्क करन दी लोड़ हैगी है। तीजे नंबर ते गाइस की हुंदा कि तुहानू जिहड़ी कंपनी तुहानू हायर करती है, वो तुहानू मैडिकल फैसिलिटीज़ भी प्रोवाइड करदी है, मैडिकल बेनीफिट्स हो गए या काफ़ी हद तक डिफरेंट डिफरेंट जिहड़े बेनीफिट्स हुंदे तुहानू प्रोवाइड किए जाते हैं। चौथे नंबर ते गाइस की हुंदा कि तुहाडे कोल स्पेयर टाइम हुंदा, तुसीं अपनी पढ़ाई कर सकते हो, अपनी असाइनमेंट्स डन कर सकते हो, राइट। उस तों इलावा जे मैं गाइस गल करां तुहाडी सिक्योरिटी दे विच, जे तुसी अगे तुसी सोचा कि मैं पुलिस दे विच जाना या कोई भी इदां दी आर्म सर्विसेज दे विच जाना, तो गाइस मैं तुहानू दस दिंदा कि तुहाडा सिक्योरिटी दा जिहड़ा एक्सपीरियंस हैगा आ उह वी उहदे विच काउंट कीता जांदा आ। तुसी कल नूं अपना सिक्योरिटी दा एक्सपीरियंस जिहड़ा हैगा आ, तुसी किसे भी फोर्सिस दे विच लाइक पुलिस दे विच हो गया, आर्मी दे विच हो गया, उस तों बाद बायलॉ इनफोर्समेंट लई यूज़ कर सकदे हो, राइट। तो उहनां लई वधिया हैगा आ। तो जे मैं गल करा इन फ्यूचर के पी आर भी हैल्प की जा सकती है, कंपनी थोड़ी पी आर से भी हैल्प कर देंगे जो तुम सिक्योरिटी सुपरवाइजर की जॉब तुम मिल जाती है। सो एज अ स्टूडेंट जो तुम शुरू करते हो, एज अ गार्ड शुरू करते हो, जिदा टाइम के नाल एक्सपीरियंस थोड़ी परफॉर्मेंस देख के तुम जोड़ा है प्रमोशन मिलती है, तुम सुपरवाइजर बनते हो, तो एक्सपीरियंस जो सुपरवाइजर का वो थोड़ी पी आर हैल्प करेगा, ठीक है। तो मेक श्योर करो जे तो थोड़ा लगता कि तुम कर सकते हो, डेफिनेटली तुम गो फॉर इट, ठीक है। तो किसी भी तरह की हैल्प की लोड़ पैंती तुम मैं रीच आउट कर सकते हो, मैं डेफिनेटली हैल्प करूँगा थोड़े लिए। तो गाइस उस इलावा मैं गल करता हाँ, जो मैं कह सकता कि थोड़ा एक मैं मैसेज देना चाहता गाइस, तो मैसेज की हैगा कि बहुत ज़्यादा कंपनियां जिहड़ियां हैगियां ओंटारियो दे विच सी पी आर दी फर्स्ट एड दी जिहड़ियां हैगियां तुहानू प्रोवाइड करदी है कोर्सेस। मेक श्योर करो जिहड़े भी कंपनी तुसीं सिलेक्ट कर रहे हो प्रॉपर वह सर्टिफाइड होण, एक वधिया रैपूटेशन होवे कंपनी दी, ते उहनां कोल काम भी होवे। कई कंपनियां की करदियां, छोटी छोटी कंपनियां हुंदियां, उह प्रोवाइड कर दिंदियां तुहानूं, कंप्लीशन नंबर दे दिंदा सारा कुछ, बट एट दी एंड तुहानूं काम नहीं दिंदियां, तो उहदा कोई फायदा नहीं हुंदा, कोई बेनीफिट नहीं हैगा। तो कंपनी भी एक वधिया चूज करो रैपूटेटिड, तां जो तुहानूं कल नूं तुहाडा एक्सपीरियंस जिहड़ा हैगा तुहाडा वधिया गिणिया जावे, है ना, ਤਾਂ ਜੋ ਤੁਹਾਨੂੰ ਤੁਹਾਡੀਆਂ ਜਿਹੜੀ ਵੀ ਤੁਹਾਡੀ ਤੁਸੀਂ ਮਿਹਨਤ ਆਪਣੀ ਲਾ ਰਹੇ ਹੋ, ਤੁਹਾਡੀ ਮਿਹਨਤ ਨੂੰ ਫਲ ਪਵੇ, ਰਾਈਟ। ਅਤੇ ਉਹ ਤੋਂ ਇਲਾਵਾ ਗਾਈਸ ਮੈਂ 3-4 ਕੰਪਨੀ ਜਿਹੜੀਆਂ ਹੈਗੀਆਂ ਆਪਣੀਆਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿਖ ਦੂੰਗਾ, ਤੁਸੀਂ ਉਹਨਾਂ ਜੇ ਤਾਂ ਓਂਟਾਰੀਓ ਦੇ ਵਿੱਚ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ, ਉੱਥੋਂ ਆਪਣਾ ਲਾਈਸੈਂਸ ਬਣਵਾ ਸਕਦੇ ਹੋ, ਠੀਕ ਹੈ। ਅਤੇ ਕਾਫੀ ਡੈਫੀਨੇਟਲੀ ਤੁਹਾਡਾ ਹੈਲਪ ਵੀ ਕਰਨਗੇ ਪੀ ਆਰ ਦੇ ਵਿੱਚ, ਰਾਈਟ। ਅਤੇ ਬਾਕੀ ਮੈਂ ਤਾਂ ਇਹੀ ਕਹਾਂਗਾ ਗਾਈਸ ਕਿ ਸਿਕਿਉਰਿਟੀ ਇਜ਼ ਅ ਬੈਸਟ। ਅਤੇ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ, ਜੇ ਸਿਕਿਉਰਿਟੀ ਕਰ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਰੀਜ਼ਨ ਕਿ ਤੁਸੀਂ ਕਿਉਂ ਕਰ ਰਹੇ ਹੋ। ਅਤੇ ਜੋਬ ਦੇ ਬਾਰੇ ਛੋਟੀ ਜਿਹੀ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ ਕਿ ਜੋਬਸ ਦੇ ਵਿੱਚ ਡਿਫਰੈਂਟ ਡਿਫਰੈਂਟ ਤੁਹਾਨੂੰ ਰਿਸਪੋਂਸੀਬਿਲਟੀਜ਼ ਦਿੱਤੀਆਂ ਜਾਂਦੀਆਂ। ਸਿਕਿਉਰਿਟੀ ਦੇ ਵਿੱਚ ਇਹ ਨਹੀਂ ਹੈ ਕਿ ਸਿਰਫ ਤੁਸੀਂ ਆ ਕੇ ਬਹਿਣਾ, ਸੋ ਇਹਦੇ ਵਿੱਚ ਤੁਹਾਨੂੰ ਪੈਟਰੋਲ ਗਾਰਡ ਕਈ ਵਾਰੀ ਹਾਇਰ ਕਰਦੇ ਆ, ਕਈ ਵਾਰੀ ਤੁਹਾਨੂੰ ਜਿਹੜਾ ਹੈਗਾ ਆ ਸਕਰੀਨਿੰਗ ਦੇ ਲਈ ਹਾਇਰ ਕਰਦੇ ਗਾਈਸ, ਕਈ ਵਾਰੀ ਤੁਹਾਨੂੰ ਕਮਰਸ਼ੀਅਲ ਸਾਈਟਸ ਮਿਲਦੇ ਆ ਲਾਈਕ ਕੋਈ ਵੀ ਮਾਲ ਹੋ ਗਿਆ, ਠੀਕ ਹੈ ਨਾ, ਉਹਦੀ ਤੁਹਾਨੂੰ ਮਿਲ ਜਾਂਦੀ 10-1 ਹੋ ਗਿਆ, ਉੱਥੇ ਵੀ ਕਈ ਸਿਕਿਉਰਿਟੀ ਗਾਰਡ ਤੁਸੀਂ ਦੇਖੇ ਹੋਣੇ ਆ। ਉਹ ਤੋਂ ਇਲਾਵਾ ਗਾਈਸ ਤੁਹਾਨੂੰ ਰੈਜੀਡੈਂਸ਼ੀਅਲ ਏਰੀਆਜ਼ ਮਿਲਦੇ ਨੇ ਲਾਈਕ ਕੌਂਡੋਮੀਨੀਅਮਸ ਹੋ ਗਏ, ਠੀਕ ਹੈ, ਉਹਦੇ ਵਿੱਚ ਤੁਹਾਨੂੰ ਸਿਕਿਉਰਿਟੀ, ਮੈਂ ਹੁਣ ਕੌਂਡੋਮੀਨੀਅਮ ਦੇ ਵਿੱਚ ਕੰਮ ਕਰ ਰਿਹਾ। ਉਹ ਤੋਂ ਇਲਾਵਾ ਫਾਇਰ ਵਾਚ ਦੇ ਲਈ ਤੁਹਾਨੂੰ ਰੱਖ ਸਕਦੇ ਨੇ, ਤਾਂ ਕਾਫੀ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਸਕੋਪ ਹੈਗਾ ਕੰਮ ਦੇ। ਅਤੇ ਨਾਲ ਇਹਦੀ ਜਿਹੜੀ ਪੇ ਹੁੰਦੀ ਹੈ ਗਾਈਸ ਉਹ ਕੰਪੈਰੇਟਿਵਲੀ ਜੇ ਮੈਂ ਫੈਕਟਰੀਜ਼ ਦੀ ਗੱਲ ਕਰਾਂ ਉਹਨਾਂ ਨਾਲੋਂ ਵਧੀਆ ਹੁੰਦੀ ਹੈ, ਜਿਹੜੇ ਇੱਕ ਦਾ ਬਕਸ ਘੱਟ ਵੀ ਹੋਏਗਾ, ਬਟ ਇਹ ਫਾਇਦਾ ਹੈ ਕਿ ਤੁਹਾਨੂੰ ਕੋਈ ਵੀ ਮੈਂਟਲੀ ਜਾਂ ਫਿਜ਼ੀਕਲੀ ਵਰਕ ਕਰਨ ਦੀ ਜ਼ਰੂਰਤ ਨਹੀਂ, ਬਸ ਡੈਫੀਨੇਟਲੀ ਉਹ ਵਰਥ ਹੈ। ਸੋਰੀ ਮੈਂ ਇੱਕ ਚੀਜ਼ ਐਡ ਕਰਨੀ ਹੋਰ ਚਾਹੁੰਦਾ ਹਾਂ ਗਾਈਸ, ਤਾਂ ਕਿ ਜੇ ਤੁਸੀਂ ਸਿਕਿਉਰਿਟੀ ਕਰ ਰਹੇ ਹੋ ਤੁਹਾਨੂੰ ਰੀਜ਼ਨ ਪਤਾ ਹੋਣਾ ਚਾਹੀਦਾ ਕਿ ਤੁਸੀਂ ਸਿਕਿਉਰਿਟੀ ਦੀ ਜੋਬ ਕਿਉਂ ਲਈ ਹੋਈ ਹੈ, ਠੀਕ ਹੈ। ਕਿਉਂਕਿ ਕਈ ਇੱਦਾਂ ਦੇ ਹੁੰਦੇ ਆ, ਮੈਂ ਆਪ ਦੇਖੇ ਨੇ ਕਿ ਮੈਂ ਦੇਖੇ 70-70, 60-60 ਸਾਲ ਤੱਕ ਬੰਦੇ ਸਿਕਿਉਰਿਟੀ ਹੀ ਕਰੀ ਜਾ ਰਹੇ ਆ। ਕਿਉਂ ਕਰ ਰਹੇ? ਕਹਿੰਦੇ ਕਿ ਸਾਨੂੰ ਸਿਕਿਉਰਿਟੀ ਦੇ ਵਿੱਚ ਵਧੀਆ, ਕੋਈ ਜ਼ਿਆਦਾ ਡਿਸਟਰਬ ਨਹੀਂ ਕਰਦਾ ਹੈਗਾ ਜਾਂ ਕੁਛ ਵੀ, ਬਟ ਗਾਈਸ ਸਾਨੂੰ ਮੈਂ ਇੱਕ ਚੀਜ਼ ਦੱਸ ਦਿੰਦਾ, ਇਹਦੇ ਵਿੱਚ ਤੁਹਾਡਾ ਕੋਈ ਫਿਰ ਫਿਊਚਰ ਨਹੀਂ ਹੋਊਗਾ। ਜੇ ਤੁਸੀਂ ਸਿਕਿਉਰਿਟੀ ਜਸਟ ਫੋਰ ਮਤਲਬ ਕਿ ਆਪਣਾ ਕੋਈ ਨਾਲ ਹਸਲ ਕਰ ਰਹੇ ਹੋ, ਸਾਈਡ ਹਸਲ ਦੇ ਨਾਲ ਤੁਸੀਂ ਸਿਕਿਉਰਿਟੀ ਕਰ ਰਹੇ ਹੋ, ਡੈਫੀਨੇਟਲੀ ਵਧੀਆ। ਬਟ ਜੇ ਤੁਹਾਡੇ ਕੋਈ ਫਿਊਚਰ ਪਲੈਨ ਨਹੀਂ ਹੈਗਾ, ਤਾਂ ਤੁਸੀਂ ਬਸ ਸਿਕਿਉਰਿਟੀ ਹੀ ਕਰੀ ਜਾ ਰਹੇ ਹੋ ਜਸਟ ਇਹਦੇ ਲਈ ਕਿ ਤੁਹਾਨੂੰ ਕੋਈ ਕੋਈ ਹਰਡਲ ਨਹੀਂ ਆ ਰਹੀ ਹੈ ਜਾਂ ਕੁਛ, ਤਾਂ ਫਿਰ ਤੁਹਾਡੇ ਲਈ ਕੋਈ ਫਾਇਦਾ ਨਹੀਂ ਹੈਗਾ ਇਸ, ਠੀਕ ਹੈ। ਸਿਕਿਉਰਿਟੀ ਨੂੰ ਆਪਣਾ ਪ੍ਰੋਫੈਸ਼ਨ ਨਹੀਂ ਸੋਚਿਓ, ਕਰਦੇ ਆ ਕਈ, ਮੈਂ ਮਨਾ ਨਹੀਂ ਕਰਦਾ ਹੈਗਾ, ਬਟ ਇਹ 'ਚ ਇੰਨਾ ਕੋਈ ਫਿਊਚਰ ਨਹੀਂ ਹੈਗਾ ਇਸ। ਜਦੋਂ ਵੱਧ ਤੋਂ ਵੱਧ ਤੁਸੀਂ$25-26 ਹੀ ਆਪਣਾ ਜਿਹੜਾ ਹੈਗਾ ਕਮਾ ਸਕੋਗੇ ਇਹਦੇ ਵਿੱਚੋਂ, ਅਤੇ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਤਾਂ ਬੈਸਟ ਹੀ ਆ ਤੁਹਾਡੇ ਲਈ, ਬਟ ਜੇ ਐਜ਼ ਅ ਵਰਕ ਪਰਮਿਟ 'ਤੇ ਆ ਰਹੇ ਹੋ ਪੀ ਆਰ ਤੋਂ ਬਾਅਦ ਵਧੀਆ ਪੋਸਟ ਮਿਲ ਰਹੀ ਹੈ, ਤਾਂ ਡੈਫੀਨੇਟਲੀ ਕਰਿਓ, ਅਦਰਵਾਈਜ਼ ਨਾ ਕਰਿਓ, ਠੀਕ ਹੈ। ਆਹ ਛੋਟੀ ਜਿਹੀ ਚੀਜ਼ ਸੀਗੀ ਗਾਈਸ, ਮੈਨੂੰ ਨਹੀਂ ਲੱਗਦਾ ਕੋਈ ਵੀ ਚੀਜ਼ ਰਹਿ ਗਈ ਹੋਏਗੀ, ਜੇ ਕੋਈ ਚੀਜ਼ ਤੁਹਾਨੂੰ ਲੱਗਦਾ ਕਿ ਮਿਸ ਹੋਈ ਹੈ ਤਾਂ ਤੁਸੀਂ ਮੈਨੂੰ ਰੀਚ ਆਊਟ ਕਰੋ, ਮੈਂ ਡੈਫੀਨੇਟਲੀ ਤੁਹਾਨੂੰ ਆਨਸਰ ਕਰੂੰਗਾ। ਅਤੇ ਬਾਕੀ ਥੈਂਕ ਯੂ ਸੋ ਮਚ ਗਾਈਸ, ਅਤੇ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ, ਅਤੇ ਲਾਈਕ ਕਰਨਾ ਵੀਡੀਓ ਨੂੰ, ਅਤੇ ਸ਼ੇਅਰ ਕਰੋ ਆਪਣੇ ਫਰੈਂਡਸ ਨਾਲ। ਥੈਂਕ ਯੂ ਸੋ ਮਚ ਗਾਈਸ।